ਸਤਿਕਾਰ ਦੋਸਤੋ, ਮੈਂ ਹਾਂ ਤੁਹਾਡਾ ਨਿਊਟ੍ਰੀਸ਼ਨਿਸਟ ਕਮਲਦੀਪ ਸਿੰਘ ਔਜਲਾ ਇਰੂਡਾਈਟ ਨਿਊਟ੍ਰੀਸ਼ਨ ਤੋਂ। ਡਾਇਬੀਟੀਜ਼ ਦੇ ਬਾਰੇ ਗੱਲ ਕਰਦੇ ਕਰਦੇ ਅਸੀਂ ਪਹੁੰਚ ਚੁੱਕੇ ਹਾਂ ਅਗਲੀ ਵੀਡੀਓ ਤੇ। ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਡਾਇਬੀਟਿਕ ਪੇਸ਼ੈਂਟਸ ਵਾਸਤੇ ਕਿ ਉਹ ਚੀਨੀ ਜਾਂ ਗੁੜ, ਸ਼ਹਿਦ, ਸ਼ੱਕਰ ਖਾ ਸਕਦੇ ਨੇ ਜਾਂ ਨਹੀਂ। ਸੋ ਇਸ ਵੀਡੀਓ ਦੇ ਵਿੱਚ ਆਪਾਂ ਸਾਰੇ ਪ੍ਰੋਡਕਟਸ ਜਿਹੜੇ ਆ ਉਹਨਾਂ ਦੇ ਬਾਰੇ ਥੋੜੀ ਜਿਹੀ ਵਿਚਾਰ ਕਰਾਂਗੇ, ਜਿਹਦੇ ਵਿੱਚ ਸਾਡੀ ਚੀਨੀ, ਜੋ ਸਾਡਾ ਟੇਬਲ ਸ਼ੂਗਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਚੀਨੀ, ਉਹ ਆ ਜਾਂਦੀ ਹੈ, ਜਾਂ ਗੁੜ ਜਾਂ ਸ਼ੱਕਰ ਜਾਂ ਸਾਡਾ ਸ਼ਹਿਦ, ਠੀਕ ਹੈ। ਇਸ ਤੋਂ ਇਲਾਵਾ ਅਸੀਂ ਗੱਲ ਕਰਾਂਗੇ ਜੋ ਮਾਰਕੀਟ ਦੇ ਵਿੱਚ ਪ੍ਰੋਡਕਟ ਚੱਲਦੇ ਪਏ ਆ, ਜਿਨ੍ਹਾਂ ਨੂੰ ਕਿਹਾ ਜਾਂਦਾ ਵੀ ਤੁਹਾਡੀ ਸ਼ੂਗਰ ਲਈ ਸੇਫ ਆ, ਜਿਹਨੂੰ ਸ਼ੂਗਰ ਫ੍ਰੀ ਦਾ ਨਾਮ ਦਿੱਤਾ ਗਿਆ, ਉਹਦੇ ਬਾਰੇ ਵੀ ਗੱਲ ਕਰਾਂਗੇ। ਤੇ ਲਾਸਟ ਵਿੱਚ ਆਪਾਂ ਗੱਲ ਕਰਾਂਗੇ ਕਿ ਲੇਟੈਸਟ ਪ੍ਰੋਡਕਟ ਜਿਹੜਾ ਅੱਜ ਕੱਲ ਮਾਰਕੀਟ ਚ ਬਹੁਤ ਚੱਲ ਰਿਹਾ, ਜਿਹਨੂੰ ਆਪਾਂ ਸਟੀਵੀਆ ਕਹਿੰਦੇ ਹਾਂ। ਸੋ ਦੋਸਤੋ, ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਜੋ ਸਾਡੀ ਕਾਮਨ ਟੇਬਲ ਸ਼ੂਗਰ, ਜਿਹਨੂੰ ਆਪਾਂ ਖੰਡ ਜਾਂ ਚੀਨੀ ਆਮ ਭਾਸ਼ਾ ਦੇ ਵਿੱਚ ਕਹਿ ਦਿੰਦੇ ਹਾਂ, ਜਿਹੜੀ ਸਭ ਤੋਂ ਜ਼ਿਆਦਾ ਵਰਤੀ ਜਾਂਦੀ ਹੈ ਸਾਡੇ ਖਾਣੇ ਦੇ ਵਿੱਚ, ਸਾਡੀ ਚਾਹ 'ਚ, ਸਾਡੇ ਦੁੱਧ 'ਚ, ਸਾਡੇ ਤਕਰੀਬਨ ਹਰ ਚੀਜ਼ ਦੇ ਵਿੱਚ, ਐਂਡ ਘਰਾਂ ਦੇ ਵਿੱਚ ਅਸੀਂ ਸਭ ਤੋਂ ਜ਼ਿਆਦਾ ਚੀਨੀ ਹੀ ਇਸਤੇਮਾਲ ਕਰਦੇ ਹਾਂ ਸਾਰੇ ਵਾਸਤੇ। ਕੀ ਡਾਇਬਿਟਿਕ ਪੇਸ਼ੈਂਟ ਨੂੰ ਚੀਨੀ ਲੈਣੀ ਚਾਹੀਦੀ ਹੈ? ਬਿਲਕੁਲ ਵੀ ਨਹੀਂ। ਡਾਇਬਿਟਿਕ ਪੇਸ਼ੈਂਟ ਵਾਸਤੇ ਚੀਨੀ ਇੱਕ ਜ਼ਹਿਰ ਆ। ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ। ਨਾ ਸਿਰਫ ਇਹ ਤੁਹਾਡੇ ਬਲੱਡ ਸ਼ੂਗਰਸ ਨੂੰ ਵਧਾਉਂਦੀਆਂ ਆ, ਲੇਕਿਨ ਥੋੜ੍ਹਾ ਜਿਹਾ ਗੌਰ ਕਰਕੇ ਮੇਰੀ ਗੱਲ ਸੁਣੋ। ਜਿਹੜੀ ਇਹ ਚੀਨੀ ਆ ਜੋ ਸ਼ੂਗਰ ਮਿਲ ਦੇ ਵਿੱਚ ਤਿਆਰ ਹੁੰਦੀ ਆ, ਇਹ ਗੰਨੇ ਦੇ ਰਸ ਤੋਂ ਬਣਦੀ ਆ, ਸ਼ੂਗਰ ਕੇਨ ਜੂਸ ਤੋਂ। ਇਸ ਸ਼ੂਗਰ ਕੇਨ ਜੂਸ ਨੂੰ ਬਹੁਤ ਹੀ ਜ਼ਿਆਦਾ ਕੰਸੈਂਟ੍ਰੇਟ ਕੀਤਾ ਜਾਂਦਾ ਆ, ਐਂਡ ਬਹੁਤ ਸਾਰੇ ਕੈਮੀਕਲ ਇਹਦੇ ਵਿੱਚ ਯੂਜ਼ ਕੀਤੇ ਜਾਂਦੇ ਆ। ਕਾਫੀ ਸਾਰੇ ਸਟੈਪਸ ਦੇ ਉੱਪਰ ਇਹਦੇ ਵਿੱਚ ਬਲੀਚਿੰਗ ਏਜੰਟਸ ਦੇ ਕੈਮੀਕਲ ਯੂਜ਼ ਹੁੰਦੇ ਆ, ਤਾਂ ਕਿ ਸਾਨੂੰ ਗੰਨੇ ਦੇ ਰਸ ਤੋਂ ਆ ਮੌਜੂਦਾ ਜਿਹੜੇ ਖੰਡ ਦੇ ਦਾਣੇ ਆ ਉਹ ਮਿਲ ਸਕਣ। ਦੋਸਤੋ, ਜਿਹੜੀ ਚੀਜ਼ ਨੂੰ ਬਣਾਉਣ ਦੇ ਵਿੱਚ ਇੰਨੇ ਜ਼ਿਆਦਾ ਕੈਮੀਕਲ ਯੂਜ਼ ਕੀਤੇ ਹੋਣ, ਉਹਨੂੰ ਤੁਸੀਂ ਹਿਊਮਨ ਬੋਡੀ ਦੀ ਕੰਜ਼ੰਪਸ਼ਨ ਵਾਸਤੇ ਸੇਫ ਕਿੱਦਾਂ ਕਹਿ ਦੋਗੇ? ਕਿੱਦਾਂ ਕਹਿ ਦੋਗੇ ਵੀ ਖੰਡ ਖਾਣੀ ਚੰਗੀ ਹੈ? ਕਿੱਦਾਂ ਕਹਿ ਦੋਗੇ ਵੀ ਖੰਡ ਖਾ ਕੇ ਸਾਡੇ ਸਰੀਰ ਦਾ ਕੋਈ ਨੁਕਸਾਨ ਨਹੀਂ ਹੁੰਦਾ? ਇੰਨੇ ਕੈਮੀਕਲਸ ਦੇ ਨਾਲ ਉਹ ਚੀਜ਼ ਭਰੀ ਹੋਈ ਆ, ਪਲੱਸ ਉਹਨੂੰ ਇੰਨਾ ਜ਼ਿਆਦਾ ਕੰਸੈਂਟ੍ਰੇਟ ਕੀਤਾ ਹੋਇਆ ਹੈ, ਠੀਕ ਹੈ। ਸੋ ਖੰਡ ਖਾਣੀ ਨਾ ਸਿਰਫ ਸ਼ੂਗਰ ਪੇਸ਼ੈਂਟ ਵਾਸਤੇ, ਨਾ ਸਿਰਫ ਡਾਇਬਿਟਿਕ ਪੇਸ਼ੈਂਟ ਵਾਸਤੇ ਮਾੜੀ ਹੈ, ਬਲਕਿ ਆਮ ਬੰਦੇ ਲਈ ਵੀ ਉਨੀ ਹੀ ਮਾੜੀ ਹੈ। ਕਾਫੀ ਸਾਰੇ ਲੋਕ ਜਿਹੜੇ ਆ ਇਹ ਉਹ ਇਸ ਗੱਲ ਦੀ ਐਡਵੋਕੇਸੀ ਕਰਦੇ, ਇਸ ਗੱਲ ਦਾ ਸਮਰਥਨ ਕਰਦੇ ਆ ਵੀ ਸਾਡੇ ਅਸੀਂ ਇੰਨੇ ਸਦੀਆਂ ਤੋਂ ਖੰਡ ਖਾਂਦੇ ਆ ਰਹੇ, ਸਦੀਆਂ ਤੋਂ ਅਸੀਂ ਮਿੱਠਾ ਖਾਂਦੇ ਆ ਰਹੇ ਹਾਂ, ਤੇ ਇਹ ਚੀਜ਼ਾਂ ਸਾਡੇ ਲਈ ਜਿਹੜੀਆਂ ਨੁਕਸਾਨਦੇਹ ਨਹੀਂ ਹੈਗੀਆਂ। ਤੇ ਮੈਂ ਤੁਹਾਨੂੰ ਥੋੜ੍ਹੀ ਜਿਹੀ ਇੱਕ ਇਹਦੇ ਵਿੱਚ ਇੰਟਰਸਟਿੰਗ ਗੱਲ ਦੱਸ ਦਵਾਂ ਵੀ 18ਵੀਂ ਸ਼ਤਾਬਦੀ ਦੇ ਵਿੱਚ ਜਦੋਂ ਫ੍ਰੈਂਚ ਕੋਲੋਨਿਸਟ ਜਿਹੜੇ ਸੀ ਉਹ ਇੰਡੀਆ ਦੇ ਵਿੱਚ ਆਏ ਸੀ, ਉਹਨਾਂ ਨੇ ਅਸਾਮ ਦੇ ਵਿੱਚ ਪਹਿਲੀ 18ਵੀਂ ਸਦੀ ਦੇ ਵਿੱਚ ਸ਼ੂਗਰ ਦੀ ਮਿੱਲ ਲਾਈ ਸੀ, ਠੀਕ ਹੈ। ਉਹ ਸ਼ੂਗਰ ਦੀ ਮਿੱਲ ਵੀ 18ਵੀਂ ਸਦੀ ਦੇ ਵਿੱਚ ਜ਼ਿਆਦਾ ਦੇਰ ਚੱਲੀ ਨਹੀਂ ਸੀ। ਉਸ ਤੋਂ ਬਾਅਦ 19ਵੀਂ ਸਦੀ ਤੇ ਇੰਡੀਆ ਦੀ ਇੰਡੀਪੈਂਡੈਂਸ ਤੋਂ ਬਾਅਦ, ਯਾਨੀ ਕਿ 1947 ਤੋਂ ਬਾਅਦ ਜਾ ਕੇ ਜਿਹੜੀਆਂ ਸ਼ੂਗਰ ਮਿੱਲਾਂ ਜ਼ਿਆਦਾ ਬਣਨੀਆਂ ਲੱਗਣੀਆਂ ਸ਼ੁਰੂ ਹੋਈਆਂ ਆ, ਪ੍ਰਾਈਵੇਟ ਵੀ ਤੇ ਕੋਆਪਰੇਟਿਵ ਵੀ, ਠੀਕ ਹੈ। ਸੋ ਇਹ ਬਿਲਕੁਲ ਝੂਠ ਤੱਤ ਆ ਵੀ ਜਿਹੜਾ ਇਨਸਾਨ ਹੈ ਜਾਂ ਅਸੀਂ ਹਜ਼ਾਰਾਂ ਸਾਲਾਂ ਤੋਂ ਜਾਂ ਸੈਂਕੜਿਆਂ ਸਾਲਾਂ ਤੋਂ ਖੰਡ ਖਾਂਦੇ ਆ ਰਹੇ ਹਾਂ, ਇਹ ਬਿਲਕੁਲ ਗਲਤ ਆ। ਹਾਂ, ਅਸੀਂ ਮਿੱਠੇ ਵਾਸਤੇ ਹੋਰ ਮਿੱਠੀਆਂ ਚੀਜ਼ਾਂ ਜ਼ਰੂਰ ਵਰਤਦੇ ਸੀ, ਗੰਨੇ ਦਾ ਰਸ ਜਾਂ ਹੋਰ ਇੱਦਾਂ ਦੀਆਂ ਚੀਜ਼ਾਂ ਨੈਚੁਰਲ ਅਸੀਂ ਜ਼ਰੂਰ ਵਰਤਦੇ ਸੀ, ਪਰ ਜੋ ਤੁਹਾਡੇ ਘਰਾਂ 'ਚ ਤੁਹਾਡੇ ਟੇਬਲ ਦੇ ਉੱਪਰ ਜੋ ਚੀਨੀ ਪਈ ਹੋਈ ਹੈ ਉਹਨੂੰ ਅਸੀਂ ਕਦੀ ਨਹੀਂ ਪਹਿਲਾਂ ਵਰਤਿਆ, ਉਹਨੂੰ ਅਸੀਂ ਅਗਰ ਵਰਤਿਆ ਹੈ ਤੇ ਇਹ ਪਿਛਲੇ 6-7 ਦਹਾਕਿਆਂ 'ਚ ਵਰਤਣਾ ਸ਼ੁਰੂ ਕੀਤਾ ਆ, ਐਂਡ ਉਦੋਂ ਦੇ ਹੀ ਅਸੀਂ ਮੋਟਾਪਾ, ਦਿਲ ਦੀਆਂ ਬਿਮਾਰੀਆਂ ਤੇ ਡਾਇਬੀਟੀਜ਼ ਵਰਗੇ ਰੋਗਾਂ ਦੇ ਵਿੱਚ ਫਸੇ ਹੋਏ ਹਾਂ। ਦੂਜੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਜੀ ਗੁੜ ਜਾਂ ਸ਼ੱਕਰ ਦੀ। ਦੇਖੋ, ਗੁੜ ਸ਼ੱਕਰ ਵੀ ਜਿਹੜਾ ਆ ਉਹ ਵੀ ਤੇ ਗੰਨੇ ਦੇ ਰਸ ਤੋਂ ਹੀ ਬਣਿਆ ਆ, ਉਸ ਨੂੰ ਵੀ ਤੇ ਕੰਸੈਂਟ੍ਰੇਟ ਕੀਤਾ ਗਿਆ ਆ, ਤੇ ਅੱਜ ਕੱਲ ਬਹੁਤ ਹੀ ਮੁਸ਼ਕਲ ਦੇ ਨਾਲ ਕਿਤੇ ਦੇਸੀ ਗੁੜ ਤੁਹਾਨੂੰ ਮਿਲਦਾ ਆ, ਐਂਡ ਅਗਰ ਉਹ ਮਿਲ ਵੀ ਜਾਂਦਾ ਆ ਫਿਰ ਵੀ ਤੁਸੀਂ ਕਹੋ ਵੀ ਗੁੜ ਖਾਣਾ ਜਿਹੜਾ ਆ ਉਹ ਸ਼ੂਗਰ ਵਾਸਤੇ ਠੀਕ ਆ, ਬਲੱਡ ਸ਼ੂਗਰ ਵਾਸਤੇ? ਜੀ ਬਿਲਕੁਲ ਨਹੀਂ। ਬਹੁਤ ਸਾਰੇ ਲੋਕਾਂ ਨੂੰ ਮੈਂ ਰੋਜ਼ ਮਿਲਦਾ ਆ ਜਿਨ੍ਹਾਂ ਨੂੰ ਜਦੋਂ ਡਾਇਬੀਟੀਜ਼ ਦਾ ਪਤਾ ਲੱਗਦਾ ਆ ਤੇ ਉਹ ਖੰਡ ਖਾਣੀ ਛੱਡ ਦਿੰਦੇ ਨੇ ਪਰ ਗੁੜ ਖਾਣਾ ਸ਼ੁਰੂ ਕਰ ਦਿੰਦੇ ਨੇ, ਫਿਰ ਉਹ ਸੋਚਦੇ ਵੀ ਪਤਾ ਨਹੀਂ ਸਾਡੀ ਬਲੱਡ ਗਲੂਕੋਜ਼ ਲੈਵਲ ਜਿਹੜਾ ਆ ਉਹ ਕੰਟਰੋਲ 'ਚ ਕਿਉਂ ਨਹੀਂ ਆ ਰਿਹਾ। ਦੋਸਤੋ, ਜਿੰਨਾ ਮਾੜਾ ਇਫੈਕਟ ਜਿਹੜਾ, ਜਿੰਨਾ ਮਾੜਾ ਅਸਰ ਖੰਡ ਨੇ ਤੁਹਾਡੇ ਬੋਡੀ ਤੇ ਪਾਉਣਾ ਆ, ਉਨਾ ਹੀ ਗੁੜ ਨੇ ਪਾਉਣਾ ਆ, ਉਨਾ ਹੀ ਸ਼ੱਕਰ ਨੇ ਪਾਉਣਾ ਆ, ਠੀਕ ਹੈ। ਹਾਂ, ਗੁੜ ਸ਼ੱਕਰ ਜਿਹੜਾ ਉਹ ਆਇਰਨ ਵਾਸਤੇ ਥੋੜਾ ਵਧੀਆ ਸੋਰਸ ਮੰਨਿਆ ਜਾਂਦਾ, ਉਹਦੇ 'ਚ ਆਇਰਨ ਹੈ, ਲੇਕਿਨ ਇਹਦਾ ਇਹ ਮਤਲਬ ਨਹੀਂ ਹੈਗਾ ਵੀ ਆਇਰਨ ਲੈਣ ਦੇ ਚੱਕਰ ਦੇ ਵਿੱਚ ਤੁਸੀਂ ਆਪਣੀ ਬਲੱਡ ਗਲੂਕੋਜ਼ ਵਧਾ ਲਓ, ਠੀਕ ਹੈ। ਤੀਸਰੇ ਨੰਬਰ ਤੇ ਆਪਾਂ ਗੱਲ ਕਰਾਂਗੇ ਸ਼ਹਿਦ ਬਾਰੇ। ਬੜੇ ਸਾਰੇ ਲੋਕ ਸ਼ਹਿਦ ਨੂੰ ਨੈਚੁਰਲ ਪ੍ਰੋਡਕਟ ਮੰਨਦੇ ਆ, ਉਹਦੀ ਐਂਟੀ ਬੈਕਟੀਰੀਅਲ ਤੇ ਐਂਟੀ ਫੰਗਲ ਤੇ ਐਂਟੀ ਇਨਫਲਾਮੇਟਰੀ ਪ੍ਰੋਪਰਟੀਜ਼ ਦੇ ਗੁਣਗਾਣ ਕਰਦੇ ਆ। ਤੁਹਾਡੀ ਗੱਲ ਬਿਲਕੁਲ ਸਹੀ ਹੈ, ਲੇਕਿਨ ਇੱਥੇ ਸਵਾਲ ਹੈ ਕਿ ਕੀ ਡਾਇਬਿਟਿਕ ਪੇਸ਼ੈਂਟ ਨੂੰ ਸ਼ਹਿਦ ਲੈ ਲੈਣਾ ਚਾਹੀਦਾ ਹੈ? ਇਹਦਾ ਜਵਾਬ ਵੀ ਹੈ ਨਹੀਂ, ਡਾਇਬਿਟਿਕ ਪੇਸ਼ੈਂਟ ਨੂੰ ਸ਼ਹਿਦ ਨਹੀਂ ਲੈਣਾ ਚਾਹੀਦਾ। ਜਿੰਨਾ ਮਾੜਾ ਅਸਰ ਖੰਡ, ਗੁੜ, ਸ਼ੱਕਰ ਪਾਏਗਾ ਤੁਹਾਡੇ ਸਰੀਰ ਤੇ, ਉਨਾ ਹੀ ਸ਼ਹਿਦ ਨੇ ਪਾਉਣਾ ਹੈ। ਸੋ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਅਵੋਇਡ ਕਰਨਾ। ਦੋਸਤੋ, ਅਗਲਾ ਪ੍ਰੋਡਕਟ ਜਿਹੜਾ ਮਾਰਕੀਟ ਦੇ ਵਿੱਚ ਇਹ ਦਾਅਵਾ ਕਰਦਾ ਹੈ ਵੀ ਇਹਨੂੰ ਖਾਣ ਦੇ ਨਾਲ ਤੁਹਾਡੇ ਬਲੱਡ ਸ਼ੂਗਰ ਲੈਵਲ ਤੇ ਕੋਈ ਅਸਰ ਨਹੀਂ ਪਏਗਾ, ਉਹ ਹੈਗਾ ਆ ਸ਼ੂਗਰ ਫ੍ਰੀ। ਸ਼ੂਗਰ ਫ੍ਰੀ ਤੁਹਾਨੂੰ ਆਮ ਪਾਊਡਰ ਫਾਰਮ ਦੇ ਵਿੱਚ ਆਸਾਨੀ ਨਾਲ ਕਿਸੇ ਵੀ ਦੁਕਾਨ ਤੋਂ ਮਿਲ ਜਾਂਦਾ ਜਾਂ ਗੋਲੀਆਂ ਦੇ ਫਾਰਮ ਦੇ ਵਿੱਚ ਵੀ ਮਿਲ ਜਾਂਦਾ। ਕੀ ਡਾਇਬਿਟਿਕ ਪੇਸ਼ੈਂਟ ਨੂੰ ਇਹ ਲੈ ਲੈਣਾ ਚਾਹੀਦਾ ਆ?
ਤੁਸੀਂ ਜਿੰਨਾ ਦੂਰ ਸ਼ੂਗਰ ਫ੍ਰੀ ਤੋਂ ਰਹਿ ਸਕਦੇ ਆ ਉਹਨਾਂ ਦੂਰ ਰਹੋ। ਉਹਦਾ ਕਾਰਨ ਕੀ ਹੈ? ਜੀ ਹਾਂ, ਅਗਰ ਤੁਸੀਂ ਸ਼ੂਗਰ ਫ੍ਰੀ ਖਾਓਗੇ ਤਾਂ ਤੁਹਾਡੇ ਬਲੱਡ ਗਲੂਕੋਜ਼ ਦੇ ਉੱਤੇ ਕੋਈ ਮਾੜਾ ਅਸਰ ਨਹੀਂ ਪਊਗਾ। ਇਸ ਗੱਲ ਦੇ ਉੱਤੇ ਕੰਪਨੀ ਦਾ ਦਾਅਵਾ ਠੀਕ ਹੈ ਵੀ ਉਹ ਬਲੱਡ ਸ਼ੂਗਰ ਲੈਵਲ ਨੂੰ ਖਰਾਬ ਨਹੀਂ ਕਰਦਾ ਜਾਂ ਇਨਸੁਲਿਨ ਲੈਵਲ ਨੂੰ ਵਿਗਾੜਦਾ ਨਹੀਂ ਹੈ, ਲੇਕਿਨ ਜਿਹੜਾ ਐਸਪਾਰਟੇਮ ਨਾਮ ਦਾ ਕੰਪਾਊਂਡ ਸ਼ੂਗਰ ਫ੍ਰੀ ਦੇ ਵਿੱਚ ਪਾਇਆ ਜਾਂਦਾ ਆ, ਉਹ ਐਸਪਾਰਟੇਮ ਜਦੋਂ ਤੁਸੀਂ ਖਾਣੇ ਦੇ ਵਿੱਚ ਆਪਣੀ ਬੋਡੀ ਦੇ ਅੰਦਰ ਲੈ ਕੇ ਜਾਂਦੇ ਆ ਜਾਂ ਚੀਨੀ ਦੀ ਜਗ੍ਹਾ ਤੇ ਸ਼ੂਗਰ ਫ੍ਰੀ ਯੂਜ ਕਰਕੇ ਆਪਣੀ ਚਾਹ ਦੇ ਵਿੱਚ ਜਾਂ ਦੁੱਧ ਦੇ ਵਿੱਚ ਜਦੋਂ ਐਸਪਾਰਟੇਮ ਆਪਣੇ ਅੰਦਰ ਲੈ ਕੇ ਜਾਂਦੇ ਆ, ਜਦੋਂ ਤੁਹਾਡੀ ਬੋਡੀ ਐਸਪਾਰਟੇਮ ਨੂੰ ਤੋੜਦੀ ਹੈ ਤੇ ਉਹ ਫਾਰਮਲਡੀਹਾਈਡ ਨਾਮ ਦਾ ਇੱਕ ਕੰਪਾਊਂਡ ਬਣਾਉਂਦੀ ਹੈ ਜਿਹੜਾ ਕਿ ਕਾਰਸੀਨੋਜੈਨਿਕ ਹੈ, ਯਾਨੀ ਕਿ ਕੈਂਸਰ ਦੇ ਰੋਗ ਨੂੰ ਪੈਦਾ ਕਰਨ ਵਾਲਾ ਇੱਕ ਕਾਰਨ ਹੈ। ਠੀਕ ਹੈ, ਫਾਰਮਲਡੀਹਾਈਡ ਬਾਰੇ ਤੁਸੀਂ ਨੈਟ ਤੇ ਬਹੁਤ ਜਾਣਕਾਰੀ ਲੈ ਸਕਦੇ ਹੋ। ਇਹ ਕਾਰਸੀਨੋ ਲੇਬਲ ਯਾਨੀ ਕਿ ਕੈਂਸਰ ਕੌਜ਼ਿੰਗ ਆ, ਇਹਦੇ ਨਾਲ ਕੈਂਸਰ ਦਾ ਰੋਗ ਜਿਹੜਾ ਆ ਹੋਣ ਦੇ ਚਾਂਸਸ ਹੈਗੇ ਆ। ਠੀਕ ਹੈ, ਸੋ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਐਸੀ ਚੀਜ਼ ਜਿਹੜੀ ਸਾਡੇ ਸਰੀਰ 'ਚ ਜਾ ਕੇ ਤੇ ਬ੍ਰੇਕ ਡਾਊਨ ਟੁੱਟ ਕੇ ਤੇ ਇਹੋ ਜਿਹਾ ਕੋਈ ਕੰਪਾਊਂਡ ਬਣਾਵੇ ਜਿਹਦੇ ਨਾਲ ਸਾਨੂੰ ਕੈਂਸਰ ਹੋ ਸਕਦਾ ਹੋਵੇ। ਇਹੋ ਜਿਹੀ ਚੀਜ਼ ਲੈਣਾ ਕਿਸੇ ਵੀ ਹੱਦ ਵਿੱਚ ਕਿਸੇ ਵੀ ਮਾਤਰਾ 'ਚ ਸਾਡੇ ਵਾਸਤੇ ਸੇਫ ਆ, ਮੈਂ ਹੈਰਾਨ ਹੁੰਦਾ ਹਾਂ ਵੀ ਸਾਡੀਆਂ ਸਰਕਾਰਾਂ ਜਾਂ ਕਿਉਂ ਨਹੀਂ ਇਹਦੇ ਬਾਰੇ ਕੋਈ ਅਥਾਰਟੀ ਜਿਹੜੀ ਹੈਗੀ ਆ ਉਹ ਕੰਮ ਕਰਦੀ ਤੇ ਇਹਨਾਂ ਪ੍ਰੋਡਕਟਾਂ ਨੂੰ ਕਿਉਂ ਨਹੀਂ ਮਾਰਕੀਟ ਦੇ ਵਿੱਚੋਂ ਅਸੀਂ ਅੱਜ ਤੱਕ ਬਾਹਰ ਕਰ ਪਾਏ। ਸੋ ਅੱਗੇ ਹੁਣ ਸਾਡੇ ਕੋਲ ਲਾਸਟ ਆਪਸ਼ਨ ਜਿਹੜਾ ਬਚਿਆ ਆ ਉਹ ਹੈਗਾ ਆ ਸਟੀਵੀਆ। ਦੇਖੋ, ਸਟੀਵੀਆ ਇੱਕ ਪਲਾਂਟ ਆ, ਉਹ ਪਲਾਂਟ ਦੇ ਵਿੱਚ ਜੋ ਰਸਾਇਣ ਮੌਜੂਦ ਨੇ ਉਹ ਬਿਲਕੁਲ ਹੂਬ ਹੂ ਸਾਨੂੰ ਚੀਨੀ ਵਰਗਾ ਸਵਾਦ ਦਿੰਦੇ ਨੇ, ਬਲਕਿ ਉਹ ਆਮ ਖੰਡ ਚੀਨੀ ਨਾਲੋਂ 200 ਗੁਣਾ ਤੱਕ ਜ਼ਿਆਦਾ ਮਿੱਠੇ ਨੇ। ਠੀਕ ਹੈ, ਲੇਕਿਨ ਕੀ ਇਹ ਸਾਡੇ ਸ਼ੂਗਰ ਤੇ ਮਾੜਾ ਅਸਰ ਪਾਉਂਦੇ ਆ? ਬਿਲਕੁਲ ਵੀ ਨਹੀਂ। ਲੇਕਿਨ ਕੀ ਇਹ ਸਾਨੂੰ ਕੋਈ ਹੋਰ ਬਿਮਾਰੀਆਂ ਲਾ ਦੇਣਗੇ? ਬਿਲਕੁਲ ਵੀ ਨਹੀਂ। ਇੱਕ ਨੈਚੁਰਲ ਪ੍ਰੋਡਕਟ ਆ, ਤੁਸੀਂ ਯੂਜ਼ ਕਰ ਸਕਦੇ। ਹਾਂ, ਬਸ਼ਰਤੇ ਜਿਹੜੀ ਪੈਕਿੰਗ ਤੁਸੀਂ ਸਟੀਵੀਆ ਦੀ ਲੈ ਰਹੇ ਹੋ ਉਹਦੇ ਵਿੱਚ ਮਾਲਟੋਡੈਕਸਟ੍ਰਿਨ ਜਾਂ ਡੈਕਸਟ੍ਰੋਸ ਵਰਗਾ ਕੰਪਾਊਂਡ ਮਿਕਸ ਨਾ ਕੀਤਾ ਹੋਵੇ, ਫਿਰ ਉਹਨੂੰ ਲੈਣ ਦਾ ਕੋਈ ਫਾਇਦਾ ਨਹੀਂ। ਲੈਣਾ ਹੈ ਤੇ ਅਸੀਂ ਖਰੀਦਣਾ ਤੇ ਪਿਓਰ ਸਟੀਵੀਆ ਤੁਸੀਂ ਖਰੀਦ ਕੇ ਆਪਣੇ ਕੋਲ ਰੱਖ ਸਕਦੇ। ਜਿਹੜੇ ਡਾਇਬਟਿਕ ਪੇਸ਼ੈਂਟ ਆ, ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਸਟੀਵੀਆ, ਪਿਓਰ ਸਟੀਵੀਆ ਲੈ ਕੇ ਆਪਣੇ ਕੋਲ ਜ਼ਰੂਰ ਰੱਖੋ ਆਪਣੀ ਕਿਚਨ ਦੇ ਵਿੱਚ। ਲੇਕਿਨ ਭਾਵੇਂ ਕਿ ਇਹ ਸੇਫ ਅਲਟਰਨੇਟਿਵ ਆ, ਭਾਵੇਂ ਕਿ ਇਹ ਸਾਡੇ ਬਲੱਡ ਸ਼ੂਗਰ ਲੈਵਲ ਨੂੰ ਖਰਾਬ ਨਹੀਂ ਕਰਦਾ, ਸਾਡੇ ਇਨਸੁਲਿਨ ਲੈਵਲ ਨੂੰ ਖਰਾਬ ਨਹੀਂ ਕਰਦਾ ਤੇ ਸਾਨੂੰ ਹੋਰ ਕੋਈ ਬਿਮਾਰੀਆਂ ਵੀ ਨਹੀਂ ਲਾਉਂਦਾ, ਪਰ ਇਹਦਾ ਇਹ ਮਤਲਬ ਨਹੀਂ ਵੀ ਹੁਣ ਅਸੀਂ ਅੰਨੇਵਾਹ ਸਟੀਵੀਆ ਵਰਤਣੀ ਸ਼ੁਰੂ ਕਰ ਦਈਏ। ਠੀਕ ਹੈ, ਦੇਖੋ ਕੋਸਟ ਵੀ ਇੱਕ ਫੈਕਟਰ ਨਹੀਂ ਹੈਗਾ ਬਹੁਤਿਆਂ ਲੋਕਾਂ ਲਈ, ਲੇਕਿਨ ਅਗਰ ਸਾਡੇ ਕੋਲ ਕੋਈ ਅੱਛੀ ਚੀਜ਼ ਹੈ ਤਾਂ ਉਹਦੀ ਦੁਰਵਰਤੋਂ ਪਲੀਜ਼ ਆਪਾਂ ਨਾ ਕਰੀਏ। ਸਟੀਵੀਆ ਨੂੰ ਲੈਣਾ ਹੈ ਤੇ ਕਦੀ ਕਿਤੇ ਹਫ਼ਤੇ 2 ਹਫ਼ਤਿਆਂ ਦੇ ਵਿੱਚ ਜਾਂ ਮਹੀਨੇ 'ਚ 2 ਕੁ ਵਾਰੀ ਆਪਾਂ ਵਰਤਿਆ ਕਰੀਏ। ਸਾਨੂੰ ਕਰਨਾ ਕੀ ਚਾਹੀਦਾ ਹੈ? ਹੁਣ ਤੁਸੀਂ ਕਹੋਗੇ ਵੀ ਸਾਰਾ ਕੁਛ ਹੀ ਸਾਡਾ ਬੰਦ ਕਰਾਤਾ, ਸਟੀਵੀਆ ਇੱਕ ਛੱਡਿਆ ਸੀ ਉਹ ਵੀ ਕਹੀ ਜਾਂਦੇ ਆ ਵੀ ਨਾ ਖਾਓ। ਦੇਖੋ, ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਤੁਸੀਂ ਡਾਇਬਟੀਜ਼ ਦੇ ਵਿੱਚ ਕਰ ਸਕਦੇ ਆ ਉਹ ਹੈਗਾ ਆ ਆਪਣਾ ਲਾਈਫ ਸਟਾਈਲ ਚੇਂਜ ਕਰਨਾ। ਠੀਕ ਹੈ, ਆਪਣੀਆਂ ਆਦਤਾਂ ਨੂੰ ਬਦਲਣਾ, ਜਿਹੜਾ ਸਾਡੀ ਜੀਭ ਦੇ ਉੱਪਰ ਮਿੱਠੇ ਦਾ ਸਵਾਦ ਚੜਿਆ ਹੋਇਆ ਉਹਨੂੰ ਬਦਲਣ ਦੀ ਕੋਸ਼ਿਸ਼ ਕਰਨਾ। ਆਪਣੇ ਖਾਣੇ ਦੇ ਵਿੱਚੋਂ ਮਿੱਠੀਆਂ ਚੀਜ਼ਾਂ ਨੂੰ ਬਾਹਰ ਕਰੋ। ਠੀਕ ਹੈ, ਉਹਦੇ ਵਿੱਚ ਆਰਟੀਫਿਸ਼ਲ ਚੀਜ਼ਾਂ ਨੂੰ ਬਾਹਰ ਕਰੋ। ਅਗਰ ਸਾਡੇ ਕੋਲ ਕੋਈ ਅੱਛਾ ਸੋਰਸ ਵੀ ਹੈ ਤੇ ਕਦੀ 10-15 ਦਿਨ ਦੇ ਵਿੱਚ ਕਿਤੇ ਇੱਕ ਅੱਧੀ ਵਾਰ ਅਸੀਂ ਘਰੇ ਅਗਰ ਕੋਈ ਸਵੀਟ ਡਿਸ਼ ਬਣਾਉਂਦੇ ਹਾਂ ਉਹਦੇ ਵਿੱਚ ਆਪਾਂ ਸਟੀਵੀਆ ਵਗੈਰਾ ਪਾ ਕੇ ਲੈ ਸਕਦੇ ਹਾਂ। ਮੇਰੀ ਰੈਕਮੈਂਡੇਸ਼ਨ ਤੁਹਾਨੂੰ ਇਹੀ ਹੈ ਤੇ ਮੈਂ ਖੁਦ ਵੀ ਕਦੀ ਸਟੀਵੀਆ ਯੂਜ਼ ਨਹੀਂ ਕੀਤਾ। ਠੀਕ ਹੈ, ਲਾਈਫ ਦੇ ਵਿੱਚ ਸਿਰਫ ਇੱਕ ਵਾਰ ਮੈਂ ਸਟੀਵੀਆ ਦਾ ਪੱਤਾ ਖਾਧਾ ਸੀ, ਉਹ ਵੀ ਸਿੱਧਾ ਜ਼ਮੀਨ ਤੋਂ ਤੋੜ ਕੇ। ਠੀਕ ਹੈ, ਅੱਛਾ ਪ੍ਰੋਡਕਟ ਹੈ, ਅੱਛੀ ਚੀਜ਼ ਹੈ ਸਾਡੀ ਸਿਹਤ ਵਾਸਤੇ, ਪਰ ਇਹਦਾ ਇਹ ਮਤਲਬ ਨਹੀਂ ਵੀ ਅਸੀਂ ਇਹਨੂੰ ਲੋੜ ਤੋਂ ਜ਼ਿਆਦਾ ਖਾਣਾ ਸ਼ੁਰੂ ਕਰਦੇ। ਠੀਕ ਹੈ ਦੋਸਤੋ, ਇਹ ਸੀਗਾ ਖੰਡ, ਸ਼ਹਿਦ, ਗੁੜ, ਸ਼ੱਕਰ, ਸ਼ੂਗਰ ਫ੍ਰੀ ਤੇ ਸਟੀਵੀਆ ਬਾਰੇ ਮੇਰੀ ਵਿਚਾਰ, ਜੋ ਕਿ ਡਾਇਬਟਿਕ ਪੇਸ਼ੈਂਟ ਵਾਸਤੇ ਸੀ। ਕਿਹੜੇ ਪ੍ਰੋਡਕਟ ਸੇਫ ਤੇ ਕਿਹੜੇ ਅਨਸੇਫ ਆ, ਮੈਨੂੰ ਉਮੀਦ ਹੈ ਵੀ ਹੁਣ ਸਾਨੂੰ ਪਤਾ ਲੱਗ ਗਿਆ ਹੋਊਗਾ। ਇਸ ਵੀਡੀਓ ਬਾਰੇ ਅਗਰ ਤੁਹਾਡੇ ਮਨ 'ਚ ਕੋਈ ਸਵਾਲ ਹੋਵੇ ਤਾਂ ਤੁਸੀਂ ਮੈਨੂੰ ਟੈਕਸਟ ਕਰ ਸਕਦੇ ਹੋ। ਅਗਰ ਤੁਸੀਂ ਮੇਰਾ YouTube ਚੈਨਲ ਨਹੀਂ ਫੋਲੋ ਕਰਦੇ ਤਾਂ ਪਲੀਜ਼ ਫੋਲੋ ਕਰੋ। ਇਸ ਤੋਂ ਨਾਲ ਨਾਲ ਹੀ ਮੈਨੂੰ ਇੰਸਟਾਗ੍ਰਾਮ ਤੇ ਫੇਸਬੁੱਕ ਦੇ ਉੱਪਰ ਵੀ ਫੋਲੋ ਕਰੋ। ਡਾਇਬਟੀਜ਼ ਬਾਰੇ ਅਸੀਂ ਇਸ ਚਰਚਾ ਕਰਦੇ ਹੋਏ ਅਸੀਂ ਤੀਸਰੀ ਵੀਡੀਓ ਤੱਕ ਪਹੁੰਚ ਗਏ ਹਾਂ। ਅਗਰ ਤੁਸੀਂ ਪਹਿਲੀਆਂ 2 ਵੀਡੀਓ ਨਹੀਂ ਦੇਖੀਆਂ ਤਾਂ ਮੇਰੇ ਚੈਨਲ ਤੇ ਜਾ ਕੇ ਜ਼ਰੂਰ ਉਹਨਾਂ ਨੂੰ ਦੇਖੋ। ਅਗਲੀ ਵੀਡੀਓਜ਼ ਦੇਖਣ ਲਈ ਵੀ ਪਲੀਜ਼ ਬਣੇ ਰਹੋ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਹਨਾਂ ਗੱਲਾਂ ਨੂੰ ਜ਼ਰੂਰ ਧਿਆਨ 'ਚ ਰੱਖੋਗੇ। ਠੀਕ ਹੈ, ਮੇਰੀ ਇਹੀ ਉਮੀਦ ਹੈ ਕਿ ਜਿੰਨੇ ਵੀ ਸਰੋਤੇ ਇਸ ਵੀਡੀਓ ਨੂੰ ਦੇਖਣ ਵਾਲੇ ਆ, ਵਧੀਆ ਖਾਣਾ ਖਾਓ, ਆਪਣੀ ਸਿਹਤ ਦਾ ਖਿਆਲ ਰੱਖੋ, ਸੈਰ ਜ਼ਰੂਰ ਕਰੋ, ਐਕਸਰਸਾਈਜ਼ ਜ਼ਰੂਰ ਕਰੋ, ਇੱਕ ਤੰਦਰੁਸਤ ਤੇ ਨਿਰੋਗ ਜੀਵਨ ਜੀਓ। ਧੰਨਵਾਦ।